嗯嗯嗯嗯嗯 ਜੀ ਦੋਸਤੋ ਇੱਕ ਵਾਰੀ ਫੇਰ ਬਤਨਦੂਰ ਤੁਹਾਨੂੰ ਸਵਾਗਤ ਹੈ ਤੁਸੀਂ ਹੁਣ ਹੁਣੇ ਕੈਨੇਡਾ ਦੇ ਵਿੱਚ ਵਾਪਰੀਆਂ ਘਟਨਾ ਜਾਂ ਨਵੀਆਂ ਖਬਰਾਂ ਖੁਸ਼ਖਬਰੀਆਂ ਖਬਰਾਂ ਦੇ ਉੱਤੇ ਚਾਤ ਪਾਈ ਆ ਔਰ ਇਸ ਦੇ ਨਾਲ ਨਾਲ ਪੰਜਾਬ ਦੇ ਨਾਲ ਵੀ ਸਾਡੀ ਲਾਈਨ ਜੁੜ ਗਈ ਆ ਪਰ ਇਹ ਕਹਿੰਦੇ ਸਾਰਾ ਕੁਝ ਤਾਂ ਹੀ ਹੁੰਦਾ ਜੇ ਤੁਸੀਂ ਤੰਦਰੁਸਤੋਂ ਖੁਸ਼ ਹੋ ਤੁਹਾਡੀ ਸਿਹਤ ਚੰਗੀ ਆ ਜੇ ਸਿਹਤ ਚੰਗੀ ਆ ਤੁਸੀਂ ਭੱਜ ਭੱਜ ਕੇ ਕੰਮ ਕਾਫੀ ਕਰਦੇ ਹੋ ਜਿੱਦਾਂ ਹੁਣ ਕੁਝ ਦਿਨ ਤੋਂ ਮੈਂ ਵੀ ਲੱਗਿਆ ਕੰਮ ਕਰਨ ਕਿਉਂਕਿ ਪੌਲ ਐਂਡ ਪੌਲ ਪਹੁੰਚੇ ਨੇ ਇਹਨਾਂ ਦੀ ਮਿਹਰਬਾਨੀ ਨਾਲ ਥੋੜੇ ਦਿਨ ਮੈਂ ਵੀ ਤੁਹਾਨੂੰ ਪਤਾ ਠੀਕ ਨਹੀਂ ਰਿਹਾ ਹਨ ਕਿਉਂਕਿ ਟਰੈਵਲ 'ਚ ਰ ਕਹਿੰਦੇ ਪੈਸੇ ਦੇ ਵਾਚੇ ਸੱਜਣਾ ਮਨ ਸਮਝਾ ਲਾਂਗੇ ਹੱਥ ਪੈਰ ਨਾਲ ਚੱਲੇ ਤੇ ਕਿੱਥੋਂ ਨੋਟ ਕਮਾ ਲਾਂਗੇ ਔਰ ਵਾਕਈ ਤੰਦਰੁਸਤ ਰਹਿਣ ਦੇ ਕੁਝ ਉਹੀ ਤਰੀਕੇ ਹੁੰਦੇ ਆ ਜਿਹੜੇ ਆਪਾਂ ਰੋਜ਼ਾਨਾ ਆਪਣੇ ਘਰਾਂ ਦੇ ਵਿੱਚ ਹੀ ਖਾਣ ਪੀਣ ਦਾ ਕਰਕੇ ਬਿਮਾਰ ਹੋ ਜੰਨੇ ਆ ਉਸ ਤੋਂ ਬਾਅਦ ਫਿਰ ਇਹੋ ਜਿਹੇ ਡਾਕਟਰਾਂ ਕੋ ਜਾਨਨੇ ਆ ਤੁਹਾਨੂੰ ਇਹੋ ਜੀਆਂ ਦਵਾਈਆਂ ਦੇ ਕੇ ਹੋਰ ਬਿਮਾਰ ਕਰ ਦਿੰਦੇ ਆ ਫਿਰ ਉਸ ਤੋਂ ਬਾਅਦ ਬਸ ਚੱਲ ਸੋ ਚੱਲ ਚੱਲ ਸੋ ਚੱਲ ਸੋ ਪੌਲ ਹਰੀ ਜਿਹੜੇ ਕਿ ਆਯੁਰਵੈਦਿਕ ਕਹ ਲਿਏ ਜੜੀ ਬੂਟੀਆਂ ਨਾਲ ਕਹ ਲਿਏ ਬਹੁਤ ਵਧੀਆ ਤਰੀਕੇ ਨਾਲ ਤੁਹਾਡਾ ਇਲਾਜ ਵੀ ਕਰਦੇ ਨੇ ਤੇ ਨਾਲ ਕਈ ਚੀਜ਼ਾਂ ਤੁਹਾਨੂੰ ਖਾਣ ਦੇ ਵਿੱਚ ਵੀ ਟਿਪਸ ਦਿੰਦੇ ਨੇ ਕਿ ਆ ਚੀਜ਼ਾਂ ਤੋਂ ਦੂਰ ਰਵੋ ਤੇ ਆ ਚੀਜ਼ਾਂ ਤੁਸੀਂ ਜ਼ਿਆਦਾ ਅਪਣਾਓ ਤਾਂ ਠੀਕ ਰਹੋਗੇ ਸੋ ਪੌਲ ਜੀ ਪਹਿਲਾਂ ਤਾਂ ਮੈਨੂੰ ਤੁਸੀਂ ਦੱਸੋ ਕਿਉਂਕਿ ਮੈਂ ਤੁਹਾਡੀ ਏਜ ਔਨ 에ਅਰ ਨਹੀਂ ਦੱਸਣੀ ਮੈਨੂੰ ਤਾਂ ਪਤਾ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜੀ ਜੇ 1970 75 ਦੇ ਕੈਨੇਡਾ ਆਏ ਆ ਤੇ ਤੁਹਾਡੀ ਜਵਾਨੀ ਦਾ ਰਾਜ ਕੀ ਆ ਰਾਜ ਘਟ ਖਾਣਾ ਜੀ ਅੱਛਾ ਹਾਂਜੀ ਤੇ ਤੁਸੀਂ ਉੱਜ ਵੀ ਪੈਸੇ ਬਚਾ ਲੈਣੇ ਹੋ ਗੋਸਟਰੀ ਚ ਹੈ ਨਾ ਮੈਂ ਮੈਂ ਜਿੰਨੇ ਵੀ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਮੈਂ ਉਹਨਾਂ ਨੂੰ ਇਹੀ ਕਹਿੰਦਾ ਨਾ ਜਿਹੜੀ ਦਵਾਈ ਲੈਣੇ ਤਾਂ ਮੁਫਤ ਵਾਂਗੂ ਪੈਂਦੀ ਆ ਉਹ ਕਿਵੇਂ ਕਿਉਂਕਿ ਅਸੀਂ ਆ ਦੱਸ ਦਿੰਨੇ ਆ ਆ ਫਰੂਟ ਨਹੀਂ ਫਰੂਟ ਨਹੀਂ ਖਾਣੇ ਆ ਚੀਜ਼ ਨਹੀਂ ਨਹੀਂ ਖਾਣੀਆਂ ਕਿਉਂਕਿ ਅਸੀਂ ਅਸੀਂ ਐਵੇਂ ਵਿਟਾਮਿਨਸ ਲੈ ਕੇ ਖਾਈ ਜਾਂਦੇ ਆ ਉਹਦੀ ਜ਼ਰੂਰਤ ਨਹੀਂ ਹੁੰਦੀ ਸਾਨੂੰ ਇਸ ਕਰਕੇ ਤੁਸੀਂ ਬਹੁਤ ਪੈਸੇ ਬਚਾਣੇ ਆ ਦੁੱਧ ਵਗੈਰਾ ਹੋਇਆ ਵੈਜੀਟੇਰੀਅਨ ਨੂੰ ਮਤਲਬ ਜ਼ਰੂਰਤ ਹੁੰਦੀ ਆ ਤੇ ਆ ਓਵਰੀਟਿੰਗ ਬਹੁਤ ਹੋ ਜਾਂਦੀ ਸਾਡੀ ਵਾਜੀ ਬਾਸੀ ਅਸੀਂ ਅਸੀਂ ਸੋਚਦੇ ਆ ਵੀ ਉਹ ਵੀ ਅਸੀਂ ਸਾਡੀ ਸਿਹਤ ਨਾ ਘਟ ਜੇ ਸਾਡਾ ਪੇਟ ਨਾ ਘਟ ਜੇ ਲੇਕਿਨ ਇਹ ਹੁੰਦਾ ਵੀ ਉਹ ਬਿਮਾਰੀਆਂ ਤੁਸੀਂ ਸ਼ੂਗਰ ਨੂੰ ਪਹਿਲਾਂ ਬੁਲਾਵਾ ਦਿੰਨੇ ਆ ਫਿਰ ਹਾਰਟ ਅਟੈਕ ਨੂੰ ਇਹ ਓਵਰੀਟਿੰਗ ਦਾ ਕਾਰਨ ਆ ਸਾਰਾ ਸੋ ਤੁਹਾਡੇ ਕਹਿਣ ਦਾ ਭਾਵ ਥੋੜਾ ਜਿਹਾ ਅੱਜ ਚਲੋ ਦੱਸੋ ਕਿ 24 ਘੰਟਿਆਂ ਦੇ ਵਿੱਚ ਕਿੰਨੀ ਵਾਰੀ ਖਾਣਾ ਚਾਹੀਦਾ ਤੇ ਕਿੰਨਾ ਕਿੰਨਾ ਖਾਣਾ ਚਾਹੀਦਾ ਤੇ ਕਿੱਦਾਂ ਦਾ ਖਾਣਾ ਚਾਹੀਦਾ ਤੁਹਾਨੂੰ ਪਤਾ ਹੀ ਹੈ ਮੇਰਾ ਮੈਂ ਕਦੇ ਝੂਠ ਨਹੀਂ ਬੋਲਦਾ ਹੁੰਦਾ ਜੋ ਮਰਜ਼ੀ ਹੋਵੇ ਮੇਰਾ ਬੇਟਾ ਮੈਂ ਉਹੀ ਬੰਦਾ ਗੱਲ ਕਰਦਾ ਉਹ ਸਿਰਫ ਦਿਨ ਚ ਇੱਕ ਵੀਨਾ ਉਹਨੇ ਇੱਕ ਵਾਰੀ ਖਾਣਾ ਡਿਨਰ ओके ਸਵੇਰੇ ਕੁਝ ਨਹੀਂ ਖਾਣਾ ਉਹਨੇ ਗ੍ਰੀਨ ਟੀ ਜਾਂ ਬਲੈਕ ਕਾਫੀ ਪੀਣੀ ਆ ਹਾਂਜੀ ਤੇ ਮੈਂ ਮੈਂ ਜਿਹੜਾ ਹੈਗਾ ਹਜੇ ਮੈਂ ਬ੍ਰੇਕਫਾਸਟ ਕੀਤਾ ਨਹੀਂ ਹੈਗਾ ਉਹ ਮੇਰਾ 3:30 ਵਜੇ ਮੈਂ ਉੱਠਿਆ ਜਲਦੀ ਦਾ ਹਾਂ 6:30 ਵਜੇ ਦਾ ਮੈਂ ਜਾਗਦਾ ਤੇ ਮੈਂ ਹਜੇ ਕੁਝ ਨਹੀਂ ਖਾਧਾ ਪਾਣੀ ਪੀਤਾ ਦੋ ਜੱਗ ਪਾਣੀ ਦੇ ਪੀਤੇ ਆ ਔਰ ਨਾਲ ਮੈਂ ਹੁਣ 3:30 4:00 ਵਜੇ ਤਕਰੀਬਨ ਸਾਢੇ 3 ਵਜੇ ਜਦੋਂ ਮੈਨੂੰ ਟਾਈਮ ਲੱਗਿਆ ਉਸ ਟਾਈਮ ਮੇਰਾ ਬ੍ਰੇਕਫਾਸਟ ਹੁੰਦਾ ਅੱਛਾ ਜੀ ਹਾਂ ਤੇ ਲੰਚ ਕਦੋਂ ਹੁੰਦਾ ਲੰਚ ਨਹੀਂ ਹੁੰਦਾ ਡਿਨਰ ਹੀ ਹੁੰਦਾ ਫਿਰ ਸਿੱਧਾ ਡਿਨਰ ਹੀ ਹੁੰਦਾ ਮਤਲਬ ਦਿਨ ਚ ਤੁਸੀਂ ਦੋ ਵਾਰੀ ਖਾਣੇ ਹੋ ਤੇ ਬਾਕੀ ਤੁਸੀਂ ਪਾਣੀ ਤੇ ਜਾਂ ਕੋਈ ਪਾਣੀ ਗ੍ਰੀਨ ਟੀ ਗ੍ਰੀਨ ਟੀ ਪਾਣੀ ਗ੍ਰੀਨ ਟੀ ਜਾਂ ਬਲੈਕ ਕਾਫੀ ਅੱਛਾ ਜਿਹੜੇ ਦੋ ਵਾਰੀ ਵੀ ਖਾਣਾ ਆ ਉਹਦੇ ਵਿੱਚ ਕਿੰਨੇ ਕੁ ਮਾਤਰਾ ਦੇ ਵਿੱਚ ਖਾਣਾ ਚਾਹੀਦਾ ਜੇ ਤਾਂ ਤੁਸੀਂ ਇਹ ਮੀਟ ਖਾਣੇ ਹੋ ਫਿਰ ਤਾਂ ਜਦੋਂ ਮਤਲਬ ਭੁੱਖੇ ਰਹਿਣਾ ਇਹ ਆਦਤ ਪਾਉਣੀ ਪੈਂਦੀ ਆ ਜਦੋਂ ਆਪਾਂ ਮੂਵੀ ਕਰ ਰਹੇ ਸੀਗੇ ਅੰਗਰੇਜ਼ ਪੁੱਤ ਉਸ ਟਾਈਮ ਮੈਂ ਸ਼ੁਰੂ ਕੀਤਾ ਸੀਗਾ ਤੇ ਵੈਸੀ ਸੈੱਟ ਤੇ ਭੁੱਖੇ ਮਤਲਬ ਵੈਸੀ ਆਦਤ ਪਾਈ ਦੇ ਉਹ ਤੁਸੀਂ ਤਾਂ ਮਤਲਬ ਆਤ ਪਾਓ ਕਿ ਬ੍ਰੇਕਫਾਸਟ ਨਹੀਂ ਕਰਨਾ ਦੁੱਧ ਵਾਲੀ ਚਾਹ ਨਹੀਂ ਪੀਣੀ ਸਵੇਰੇ ਸਿਰਫ ਤੁਸੀਂ ਗ੍ਰੀਨ ਟੀ ਜਾਂ ਬਲੈਕ ਕਾਫੀ ਉਹ ਪੀ ਲੋ ਉਸ ਤੋਂ ਬਾਅਦ ਪਾਣੀ ਪੀ ਚੱਲੋ ਅਗਰ ਇੱਕ ਹੋਰ ਟਿਪ ਹੈਗੀ ਹੈ ਜੇ ਭੁੱਖ ਲੱਗਦੀ ਹੈ ਪਹਿਲਾਂ ਪਹਿਲਾਂ 15 20 ਦਿਨ ਲੈ ਭਗਤੀ ਹੁੰਦੀ ਹੈ ਓਕੇ ਜੇ ਭੁੱਖ ਲੱਗਦੀ ਹੈ ਮਾੜਾ ਜਿਹਾ ਪਿੰਕ ਸਾਲਟ ਨੂੰ ਟੇਸਟ ਕਰ ਲੋ ਅੱਛਾ ਉਹਦੇ ਨਾਲ ਭੁੱਖ ਮਰ ਜਾਂਦੀ ਹੈ ਸ਼ੂਗਰ ਦੀ ਲੋੜ ਨਹੀਂ ਹੈਗੀ ਦੁੱਧ ਦੁੱਧ ਦੀ ਲੋੜ ਨਹੀਂ ਦੁੱਧ ਵਾਲੀ ਚਾਹ ਦੀ ਜ਼ਰੂਰਤ ਨਹੀਂ ਹੈਗੀ ਫਿਰ ਉਸ ਵੇਲੇ ਤੁਸੀਂ ਐਗਜ਼ ਲੈ ਲੋ ਨਾਲ ਜੇ ਰਾਈਸ ਲੈਣੇ ਰਾਈਸ ਲੈ ਲੋ ਤੇ ਜੇ ਬਾਕੀ ਸਬਜ਼ੀਆਂ ਜਿਹੜੀਆਂ ਹੈਗੀਆਂ ਪਲੇਟ ਸਬਜ਼ੀਆਂ ਜ਼ਿਆਦਾ ਖਾਓ ਵੈਜੀਟੇਬਲ ਚਾਹੇ ਫਰੋਜ਼ਨ ਲੈ ਲਓ ਓਕੇ ਤਾਜ਼ੀਆਂ ਬਹੁਤ ਮਹਿੰਗੀਆਂ ਪੈਂਦੀਆਂ ਨੇ ਇਸ ਕਰਕੇ ਫਰੋਜ਼ਨ ਲੈ ਕੇ ਡੀ ਫ੍ਰੀਜ਼ ਕਰਕੇ ਉਹਨਾਂ ਨੂੰ ਸਟਿਰ ਫਰਾਈ ਦੇਸੀ ਕਿਉ ਘਰੇ ਬਣਾ ਕੇ ਉਹਦੇ ਵਿੱਚ ਸਟਿਰ ਫਰਾਈ ਕਰਕੇ ਤੇ ਉਹ ਤੁਸੀਂ ਖਾ ਲਓ ਅੱਛਾ ਜੀ ਬਹੁਤ ਸਾਰੇ ਲੋਕ ਕਹਿੰਦੇ ਕਿ ਕਿਉਂ ਨਹੀਂ ਖਾਣਾ ਚਾਹੀਦਾ ਨਹੀਂ ਉਹ ਗਲਤ ਦਲਧਾਰਨਾ ਇਸ ਤਰ੍ਹਾਂ ਪੰਜਾਬ ਦਾ ਕੋਈ ਪੰਜਾਬੀ ਕੋਈ ਜਿਉਂਦਾ ਹੀ ਨਾ ਹੋਵੇ ਜਾਂ ਹਰ ਇੱਕ ਨੂੰ ਹਾਰਦੀਆਂ ਪ੍ਰੋਬਲਮ ਹੁੰਦੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਲੇਕਿਨ ਇਹ ਹੈਗਾ ਕਣਕ ਕਣਕ ਦੀ ਰੋਟੀ ਨਾਲ ਖਾਣੀ ਇਕੱਲੀ ਸਬਜੀ ਫਿਰ ਇਹ ਗੱਲ ਇਹ ਨਹੀਂ ਕਿ ਕਿਉਂ ਮੱਲਾ ਨੂੰ ਤੇ ਬਾਕੀ ਸਾਰੇ ਤੇ ਉਹ ਚੀਜ਼ਾਂ ਹੋ ਜਾਂਦੇ ਕਿ ਕਿਉਂ ਬਹੁਤ ਜ਼ਰੂਰੀ ਚੀਜ਼ ਆ ਇੱਕ ਨਾ ਸਾਡੀ ਆਤਮਾ ਹੈਗੀ ਆ ਸਰ ਆ ਜ ਸਾਡੀ ਸਰੀਰ ਸਾਡੇ ਕੱਪੜੇ ਆ ਆਤਮਾ ਜਿਹੜੀ ਹੈਗੀ ਆ ਉਹਦੀ ਖੁਰਾਕ ਹੈਗੀ ਆ ਦੇਸੀ ਕਿਉਂ ਓਕੇ ਬਟਰ ਦੇ ਵਿੱਚੋਂ ਜਦੋਂ ਅਸੀਂ ਦੇਸੀ ਘਿਓ ਬਣਾਉਂਦੇ ਆ ਉਹ ਜਿਹੜਾ ហេਠਾ ਰਹਿ ਜਾਂਦਾ ਕਾਰਡ ਵਗੈਰਾ ਛਿੱਧੀਆਂ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਤੇ ਉਹ ਜਦੋਂ ਹੁੰਦਾ ਤੇ ਉਹਦਾ ਮਤਲਬ ਉਹ ਕੋਲੇਸਟ੍ਰੋਲ ਹੁੰਦਾ ਉਹ ਨਿਕਲ ਜਾਂਦਾ ਜਦੋਂ ਤੁਣ ਕੇ ਆਪਾਂ ਤੇ ਕਿਉਂ ਰੱਖੀਦਾ ਚਾਹੇ ਸਾਰਾ ਰੱਖ ਲਓ ਦੋ ਸਾਰਾ ਰੱਖ ਲਓ ਕਿਉਂ ਖਰਾਬ ਨਹੀਂ ਹੁੰਦਾ ਫਿਰ ਓਕੇ ਤੇ ਉਹ ਕਿਉਂ ਜਿਹੜੀ ਆਤਮਾ ਦੀ ਖੁਰਾਕ ਆ ਆਤਮਾ ਦੇ ਨਾਲ ਹੀ ਸਾਡਾ ਸਾਰਾ ਚੱਲਦਾ ਬ੍ਰੇਨ ਵੀ ਆਤਮਾ ਨਾਲ ਹੀ ਚੱਲਦਾ ਸਾਡੇ ਦਿਲ ਦੀ ਆਪਾਂ ਕਹਿੰਦੇ ਆ ਦਿਲ ਦੀ ਗੱਲ ਸੁਣੋ ਉਹ ਦਿਲ ਦੀ ਗੱਲ ਫਿਰ ਥੋੜੀ ਸੱਚੀ ਨਿਕਲਦੀ ਆ ਤੇ ਉਸ ਤੇ ਕੋਈ ਆਪਾਂ ਫੈਸਲਾ ਲੈਣਾ ਕੋਈ ਡਿਸੀਜਨ ਲੈਣਾ ਦਿਮਾਗ ਤੋਂ ਨਹੀਂ ਲੋ ਦਿਲ ਤੋਂ ਲੈ ਕੇ ਦੇਖੋ ਵੀ ਇਹਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਤੁਹਾਨੂੰ ਜਦੋਂ ਦਿਲ ਦੀ ਗੱਲ ਮੰਨੋਗੇ ਨਾ ਉਹਦਾ ਹਮੇਸ਼ਾ ਕਦੇ ਲੌਂਗ ਟਰਮ ਦੇ ਵਿੱਚ ਕਦੇ ਨੁਕਸਾਨ ਨਹੀਂ ਹੋਊਗਾ ਕਿਉਂਕਿ ਕਿਉਂ ਕਹਿਣ ਦਾ ਤੁਹਾਡਾ ਭਾਵ ਹੈ ਕਿ ਜੇ ਆਪਾਂ ਕਹਿ ਲਈਏ ਕਿ ਸਿੱਧੇ ਲਫ਼ਜ਼ਾਂ ਦੇ ਵਿੱਚ ਕਿ ਤੁਹਾਡੀਆਂ ਨਾੜੀਆਂ ਨੂੰ ਲੂਬ੍ਰੀਕੇਸ਼ਨ ਮਿਲਣਾ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਵੀ ਗ੍ਰੀਸਪੀਸ਼ੈਂਟ ਠੀਕ ਹੋਊਗੀ ਮੂੰਹ ਤੇ ਗਲੋ ਰੋਊਗਾ ਕੋਈ ਪਿੰਪਲਸ ਵਗੈਰਾ ਨਹੀਂ ਹੋਣਗੇ ਪਰ ਸ਼ਰਤ ਇਹ ਹੁੰਦੀ ਹੈ ਵੀ ਨਾਲ ਰੋਟੀ ਘੱਟ ਖਾਓ ਜਾਂ ਨਾ ਖਾਓ ਜੇ ਲੈਣਿਆ ਤਾਂ ਇੱਕ ਇੱਕ ਦੋ ਚਮਚੇ ਰਾਈਸ ਦੇ ਲੈ ਲਓ ਤੇ ਪਾਇਆ ਸੂਪ ਬਣਾ ਕੇ ਮਹੀਨੇ ਚੱਕਰ ਦੀ ਵਾਰ ਪਿੰਦੇ ਰੋ ਦੋ ਵਾਰ ਤੇ ਜੋ ਚਿਕਨ ਖਾਣੇ ਚਿਕਨ ਲੈ ਲਓ ਰਾਤ ਨੂੰ ਰਾਤ ਨੂੰ ਘੱਟ ਖਾ ਲੋ ਓਕੇ ਖੁਰਾਕ ਦੇ ਨਾਲ ਕੋਈ ਤਾਲਕ ਨਹੀਂ ਤੁਹਾਡੀ ਸਿਹਤ ਦਾ ਮੈਂ ਹੁਣ ਵੀ ਐਸ ਉਮਰ ਦੇ ਵਿੱਚ ਵੀ ਤੇ ਮੈਂ ਹਜੇ ਵੀ ਮੈਂ 200 ਪਾਉਂਡ ਦੀ ਬੈਂਚ ਪ੍ਰੈਸ ਲਾ ਦਿੰਦਾ ਵਾਹ ਜੀ ਵਾਹ ਵੈਸੇ ਮੈਂ ਲਾਉਂਦਾ ਨਹੀਂ ਜੇ ਸ਼ੂ ਆਫ ਕਰਨਾ ਹੋਵੇ ਫਿਰ ਜਿਵੇਂ ਉਹ ਕਹਿੰਦੇ ਪੰਜਾਬੀ ਦੇ ਫੁਗੜਾ ਪੜਨ ਕਰਨਾ ਦਿਖਾਉਣਾ ਹੋਵੇ ਵੀ ਮੇਰੇ ਬੇਟੇ ਦੇ ਫਰੈਂਡ ਆਏ ਹੁਣ ਫਿਰ ਮੈਂ ਲਾ ਦਿੰਦਾ ਹੁਣ ਨਾ ਵੈਸੇ ਮੈਂ ਮਤਲਬ 150 55 60 ਇੰਨੇ ਦੀ ਮਲਾਣਾ ਨਾ ਤੇ ਉਹਦੇ ਉਹ ਮਤਲਬ ਇਹ ਹੁੰਦਾ ਵੀ ਸ਼ੌਕ ਦੀ ਗੱਲ ਆ ਮੈਨੂੰ ਲੱਗਦਾ ਨਹੀਂ ਮੇਰੀ ਉਮਰ ਇੰਨੀ ਆ ਮੈਂ ਇੰਜੋਏ ਕਰਦਾ ਨਾ ਲਾਈਫ ਮੈਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਟੈਨਸ਼ਨ ਇਸ ਕਰਕੇ ਨਹੀਂ ਹੈਗੀ ਕਿਉਂਕਿ ਤੁਹਾਡੀ ਜਿਹੜੀ ਸਪਿਰਟ ਆ ਉਹ ਸਾਫ਼ ਸੁਥਰੀ ਆ ਝੂਠ ਨਹੀਂ ਬੋਲਣਾ ਕੁਝ ਨਹੀਂ ਇਸ ਕਰਕੇ ਤੁਹਾਡੀ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਤੇ ਪੰਗੇ ਬਹੁਤੇ ਲੈਣੇ ਆ ਹੁਣ ਮੈਂ ਕੱਲ ਦੀ ਗੱਲ ਦੱਸਦਾ ਕੱਲ ਕੱਲ ਨਹੀਂ ਮਤਲਬ ਕੱਲ ਮੈਨੂੰ ਪਤਾ ਲੱਗਿਆ ਮੇ ਅਮ ਟੁੜੇ ਜਾਣ ਪਛਾਣ ਤੋਂ ਵਿੱਚ ਬੰਦੇ ਨੇ ਸੁਸਾਈਡ ਕਰ ਲਿਆ ਤੇ 10-15 ਟਰੱਕ ਸੀਗੇ ਹੂੰ ਤੇ ਬੱਚੇ ਹੈਗੇ ਆ 50 ਸਾਲ ਦੀ ਉਮਰ ਜਦੋਂ ਅਸੀਂ ਮਤਲਬ ਇਸ ਤਰ੍ਹਾਂ ਦੀ ਫੈਸਲੇ ਗਲਤ ਲੈ ਲੈਨੇ ਅਸੀਂ ਕਹਿੰਨੇ ਚੱਲਦਾ ਚੱਲੀ ਜਾਊਗਾ ਜੇ ਜੇ ਤੁਹਾਡੇ ਕੋਲ ਇੱਕ ਕਾਰ ਦੀ ਜ਼ਰੂਰਤ ਹੈ ਇੱਕ ਹੀ ਕਾਰ ਲਓ ਨਾ ਕਿ ਚਾਰ ਕਾਰਾਂ ਲਓ ਜੇ ਕਾਰ ਛੋਟਾ ਚਾਹੀਦਾ ਛੋਟਾ ਲਓ ਵੱਡਾ ਨਾ ਲਓ ਕਿਉਂਕਿ ਉਹ ਪ੍ਰੋਬਲਮ ਜੀ ਕ੍ਰੀਏਟ ਹੁੰਦੀਆਂ ਨੇ ਹੂੰ ਹੂੰ ਜਿੰਨੇ ਤੁਸੀਂ ਜ਼ਿਆਦਾ ਆਪਣੇ ਪਿਆਰ ਫਲਾਓਗੇ ਉਹਦੇ ਨਾਲ ਜਿਆਦਾ ਪ੍ਰੋਬਲਮਸ ਆਉਣੀ ਹੁਣੇ ਦੀ ਮੇਰੇ ਸੈਸ਼ਨ ਨਾਲ ਹਰ ਇੱਕ ਨੂੰ ਪ੍ਰੋਬਲਮਸ ਹੈਗੀ ਆ ਤੁਹਾਨੂੰ ਵੀ ਆ ਹਰ ਇੱਕ ਨੂੰ ਹੈਗੀ ਆ ਲੇਕਿਨ ਫਿਰ ਸੁਸਾਈਡ ਕਰਨ ਦਾ ਮਸਲਾ ਵੀ ਕੋਈ ਨਹੀਂ ਹੈਗਾ ਕਿਸੇ ਦੇ ਘਰ ਦੇ ਵਿੱਚ ਵੀ ਮੈਂ ਇਹੀ ਕਹਿਣਾ ਹੁੰਦਾ ਇਹ ਭਲਾਈ ਆ ਮੈਂ ਕੋਈ ਦਵਾਈ ਲੈਣ ਦੇ ਵੀ ਕਈ ਵਾਰ ਪੈਸੇ ਨਹੀਂ ਹੁੰਦੇ ਬੰਦੇ ਕੋਲੇ ਮੇਰੇ ਕੋਲੇ ਆਜੋ ਜੇ ਕੋਈ ਡਿਪਰੈਸ਼ਨ ਦੇ ਵਿੱਚ ਆ ਸਟ्रेस ਦੇ ਵਿੱਚ ਆ ਬੱਚਾ ਗਲਤ ਚੱਲ ਰਿਹਾ ਜਾਂ ਕਿਸੇ ਕਿਸਮ ਦੀ ਮੈਂਟਲ ਇਸ਼ੂ ਹੈਗਾ ਬਹੁਤ ਜ਼ਿਆਦਾ ਅੱਜ ਕੱਲ੍ਹ ਹੋ ਰਿਹਾ ਦਸਾਂ ਚੋਂ 8-9 ਬੱਚਿਆਂ ਨੂੰ ਇਹ ਮੈਂਟਲ ਪ੍ਰੋਬਲਮ ਹੋਈ ਹੋਈ ਹੈ ਬੰਦਿਆਂ ਨੂੰ ਵੀ ਤੇ ਇਨਾਂ ਨੂੰ ਵੀ ਓਕੇ ਇਸ ਕਰਕੇ ਮੇਰੇ ਕੋਲੇ ਆਜੋ ਮੈਂ ਤੁਹਾਨੂੰ ਸਲਾਹ ਦੇਵਾਂਗਾ ਤੁਸੀਂ ਫੂਡ ਚੇਂਜ ਕਰ ਲਓ ਔਰ ਥੋੜੀ ਜੀ ਉੰਡਰ ਨੂੰ ਜੀ ਅਸੀਂ ਗੱਲਬਾਤ ਦਸੀ ਤੇ ਥੋੜਾ ਜਨ ਨੂੰ ਨਾ ਗਾਈਡ ਕਰ ਦਿੱਤਾ ਬਈ ਇਹ ਚੀਜ਼ਾਂ ਹੈਗੀਆਂ ਨੇ ਤੇ ਸਟੈਸ ਤੋਂ ਅਸੀਂ ਮੋਸਟਲੀ ਕਰਦੇ ਹਾਂ ਅਸੀਂ ਡਾਕਟਰਾਂ ਦੇ ਜਨ ਡਾਕਟਰ ਜਿਹੜੀ ਗੋਲੀ ਲਾਂਦੇ ਤੁਸੀਂ ਜਿਵੇਂ ਹੁਣੇ ਕਿਹਾ ਉਹ ਫਿਰ ਗੋਲੀਆਂ ਬੰਦੇ ਨੂੰ ਢਟਾਲ ਕਰ ਦਿੰਦੀਆਂ ਨੇ ਉਹਦਾ ਬ੍ਰੇਨ ਵੀ ਸ਼੍ਰਿੰਕ ਹੋ ਜਾਂਦਾ ਉਹ ਜ਼ਿੰਦਗੀ ਵਿੱਚ ਕੁਝ ਕੰਮ ਕਰਨ ਜੋਗਾ ਨਹੀਂ ਰਹਿੰਦਾ ਸਾਰੀ ਉਮਰ ਤੁਹਾਡੇ ਕਹਿਣ ਦਾ ਭਾਵ ਆ ਗੋਲੀ ਤੇ ਲਗਣਾ ਤੇ ਗੋਲੀ ਦੇਣਾ ਦੋਨੇ ਮਾੜੇ ਕੰਮ ਦੋਨੇ ਮਾੜੇ ਦੋਨੇ ਮਾੜੇ ਕੰਮ ਇਸ ਕਰਕੇ ਇਹਨਾਂ ਤੋਂ ਬਚੋ ਮੇਰੇ ਕੋਲ ਜਦੋਂ ਮਰਜ਼ੀ ਆਓ ਇਹ ਅਸੀਂ ਕੋਈ ਗੱਲ ਜੀ ਫੋਨ ਤੇ ਵੀ ਆ ਬਾਲਜੀ ਤੁਸੀਂ ਬਹੁਤ ਅੱਛੀ ਗੱਲ ਸੂਸਾਈਡ ਨਹੀਂ ਹੁੰਦਾ ਕਿਉਂਕਿ ਜੇਕਰ ਉਹ ਮਸਲੇ ਨੂੰ ਕਿਸੇ ਦੇ ਨਾਲ ਬੈਠ ਕੇ ਹੱਲ ਕਰੋ ਤੁਹਾਨੂੰ ਚੰਗੀ ਚੀਜ਼ ਤੁਹਾਨੂੰ ਬੰਦਾ ਦੱਸੇਗਾ ਚੰਗੀ ਸਲਾਹ ਦੱਸੇਗਾ ਸੋ ਪੌਲ ਹੋਰਨ ਦੱਸਿਆ ਕਿ ਜੇਕਰ ਤੁਹਾਡੇ ਕੋਲ ਪੈਸੇ ਵੀ ਨਹੀਂ ਹੈ ਕੋਈ ਗੱਲ ਨਹੀਂ ਇਹਨਾਂ ਦੀ ਸਲਾਹ ਲੈ ਸਕਦੇ ਹੋ ਇਹਨਾਂ ਕੋਲ ਆ ਸਕਦੇ ਹੋ ਔਰ ਪੌਲ ਜਿੱਦਾਂ ਬਹੁਤ ਸਾਰੇ ਲੋਕ ਜਦੋਂ ਪਿਛਲੇ 2 ਸਾਲ ਬਰੇ ਕਾਫੀ ਪ੍ਰਾਪਰਟੀਆਂ ਚ ਬੂਮ ਆਇਆ ਕਿਸੇ ਨੇ ਇੱਕ ਲਈ ਦੋ ਲਈ ਚਾਰ ਦੇਖੋ ਦੇਖੀ ਉਹ ਨਾਲ ਜਦੋਂ ਕਿਸੇ ਦੇ ਘਰੇ ਬੈਣਾ ਜਾਂ ਬਾਰਬੀਕਿਊ ਨੇ ਕਹਿੰਦਾ ਮੈਂ ਵੀ ਉੱਥੇ ਬੁੱਕ ਕਰਾਤਾ ਉਹ ਕਹਿੰਦਾ ਲੈ ਤੇ ਅਸੀਂ ਪਿੱਛੇ ਰਹਿ ਗਏ ਉਹ ਚਾ ਕੇ ਮੈਂ ਜੀ ਦੋ ਕਰਾਤੇ ਹੁਣ ਜਦੋਂ ਕਲੋ ਸੇਰ ਉਹ ਪਰਿਵਾਰ ਦੇ ਵਿੱਚ ਲੜਾਈਆਂ ਹੁੰਦੀਆਂ ਝਗੜੇ ਹੁੰਦੇ ਆ ਬੰਦਾ ਆਪ ਨੂੰ ਸਮਝ ਨਹੀਂ ਆ ਰਹੀ ਕਰਾਂ ਕੀ ਤੇ ਛੱਡ ਦਿਓ ਹਾਂਜੀ ਛੱਡ ਦਿਓ ਚੀਜ਼ਾਂ ਨੂੰ ਸਟ्रेस ਘਟਾਓ ਤੁਸੀਂ ਇਹਨਾਂ ਸੋਚੋ ਮੈਂ ਕਿੰਨਾ ਲੂਜ਼ ਕਰ ਗਿਆ ਕੀ ਆ ਦੇਖੋ ਕਹਿਣਾ ਬੜਾ ਸੌਖਾ ਹੁੰਦਾ ਕਿ ਇਹਨੂੰ ਛੱਡ ਦਿਓ ਜਾਂ ਸਟ्रेस ਛੱਡ ਦਿਓ ਜਾਂ ਨਸ਼ਾ ਛਡੋ ਜਾਂ ਕੁਛ ਵੀ ਪਰ ਔਖਾ ਬੜਾ ਹੁੰਦਾ ਉਸੇ ਲਈ ਤੋਂ ਤੁਸੀਂ ਕਿਦਾਂ ਉਹਨਾਂ ਨੂੰ ਗਾਈਡ ਕਰੋਗੇ ਕੀ ਸਲਾਹ ਅਸੀਂ ਉਹਨਾਂ ਨੂੰ ਮਤਲਬ ਸਲਾਹ ਮਤਲਬ ਜਿਹੜੀ ਹੈਗੀ ਹੈ ਮਤਲਬ ਉਹਨਾਂ ਐਕਸਰਸਾਈਜ਼ ਯੋਗਾ ਐਕਸਰਸਾਈਜ਼ ਕਰੋ ਨਾਲ ਦੀ ਨਾਲ ਅਸੀਂ ਖੁਰਾਕ ਚੇਂਜ ਕਰ ਦਿੰਦੇ ਹਾਂ ਜੇ ਜ਼ਿਆਦਾ ਜ਼ਿਆਦਾ ਫੂਡ ਜ਼ਿਆਦਾ ਹੈਵੀ ਫੂਡ ਖਾਵਾਂਗੇ ਤਾਂ ਸਾਨੂੰ ਗੁੱਸਾ ਵੀ ਆਊਗਾ ਸਟ्रेस ਵੀ ਵਧੂਗੀ ਉਹਦੇ ਨਾਲ ਬਹੁਤ ਚੀਜ਼ਾਂ ਹੈਗੀਆਂ ਨੇ ਥੋੜੇ ਜੇ ਮੈਂ ਕਿਉਂਕਿ ਮੈਂ ਸਪਿਰਚੁਅਲਿਟੀ ਵਾਲੇ ਵੀ ਹੈਗਾ ਥਰਡ ਆਈ ਬਾਰੇ ਜਾਂ ਸਪਿਰਚੁਅਲਿਟੀ ਵਾਸਤੇ ਉਹ ਮੈਂ ਉਧਰ ਵੀ ਜ਼ਿਆਦਾ ਧਿਆਨ ਦੇ ਰਿਹਾ ਉਹਦੇ ਨਾਲ ਬਹੁਤ ਉਹਦੀ ਫਾਇਦਾ ਹੈ ਤੁਹਾਨੂੰ ਲੱਗੇਗਾ ਇਹ ਨਹੀਂ ਕੋਈ ਸਟ्रेस ਹੈਗੀ ਆ ਜਾਂ ਨਹੀਂ ਹੈਗੀ ਕਿਉਂਕਿ ਤੁਹਾਨੂੰ ਤੁਹਾਨੂੰ ਰੀਅਲ ਲਾਈਫ ਦਾ ਪਤਾ ਲੱਗ ਜਾਊਗਾ ਜੀ ਰੀਅਲ ਲਾਈਫ ਹੈਕ ਹੀ ਚੀਜ਼ ਇਹ ਅਸੀਂ ਸਾਡੇ ਸੱਤ ਚੱਕਰ ਹੁੰਦੇ ਆ ਸੁਖੀ ਜੀ ਸਿਰਫ ਆਪਣੇ ਸਿਰਫ ਦੋ ਚੱਕਰ ਹੀ ਕੰਮ ਕਰਦੇ ਹੁੰਦੇ ਆ ਮੋਸਟਲੀ ਹਮ ਤੇ ਜਿਹੜਾ ਬ੍ਰੇਨ ਦਾ ਆਤਮਾ ਦਾ ਉਧਰ ਅਸੀਂ ਧਿਆਨ ਨਹੀਂ ਦਿੰਦੇ ਜੀ ਤੇ ਇਸ ਕਰਕੇ ਅਸੀਂ ਸਾਰਾ ਕੁਝ ਪ੍ਰੋਪਰ ਗਾਈਡ ਕਰਦੇ ਆ ਤੇ ਬੰਦੇ ਦੀ ਲਾਈਫ ਈਜ਼ੀ ਹੋ ਜਾਂਦੀ ਹੈ ਚਾਹੇ ਬੱਚੇ ਆ ਚਾਹੇ ਔਰਤਾਂ ਨੇ ਚਾਹੇ ਮਰਦ ਨੇ ਅਸੀਂ ਉਹਨਾਂ ਨੂੰ ਪ੍ਰੋਪਰਟ ਗਾਈਡ ਕਰ ਦੇਈਦਾ ਨਾਲ ਜੇ ਥੋੜੀ-ਬੋਧੀ ਦਵਾਈ ਦੀ ਜ਼ਰੂਰਤ ਹੈਗੀ ਨਾਲ ਦਵਾਈ ਵੀ ਦੇ ਦਿੰਦੇ ਆ ਜੇ ਲੇਬਰਸ ਖਰਾਬ ਹੈਗਾ ਤੇ ਨੰਬਰ ਦਿਓ ਜੀ ਅੱਜ ਕਿਉਂਕਿ ਅੱਜ ਫਰਾਈਡੇ ਆਪਣਾ ਲਾਈਨ ਅੱਜ ਮੈਂ ਦੱਸ ਦਵਾਂ ਕਿ ਸਾਰੇ ਪ੍ਰੋਗਰਾਮ ਸੁਣਨ ਵਾਲੇ ਜਿੰਨੇ ਵੀ ਸਾਡੇ ਗੱਡੀਆਂ 'ਚ ਸੁਣ ਰਹੇ ਨੇ ਕਮਾ ਤੇ ਸੁਣ ਰਹੇ ਨੇ ਕਾਫੀ ਬੀਜ਼ੀ ਪ੍ਰੋਗਰਾਮ ਨੇ ਔਰ ਹਰ ਵੱਖਰੇ-ਵੱਖਰੇ ਵਰਗ ਦੀ ਤੁਹਾਨੂੰ ਇਨਫੋਰਮੇਸ਼ਨ ਮਿਲਣੀ ਆ ਤੇ ਐਂਟਰਟੇਨ ਵੀ ਕਰਨਾ ਸਾਡੇ ਸਟੂਡੀਓ 'ਚ ਕੁਝ ਆਰਟਿਸਟ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਮਨਾਉਣਾ ਤੇ ਨਾਲ ਦੀ ਨਾਲ ਪੰਜਾਬ ਦੇ ਨਾਲ ਵੀ ਲਾਈਨ ਸਾਡੀ ਜੁੜੀ ਹੋਈ ਆ ਮਨਪੀਤੁਰੀ ਵੀ ਇੰਤਜ਼ਾਰ ਕਰ ਰਹ ਕਿ ਸਿਹਤ ਜ਼ਰੂਰੀ ਜੇ ਚੰਗੀ ਤੰਦਰੁਸਤ ਸਿਹਤ ਹੋਊਗੀ ਤੁਸੀਂ ਕੁਝ ਵੀ ਕਰ ਸਕਦੇ ਹੋ ਸੋ ਪਾਲ ਜੀ ਐਡਰੈਸ ਤੇ ਟੈਲੀਫੋਨ ਨੰਬਰ ਦੇ ਦਿਓ ਹਾਂ ਜੀ ਗ੍ਰੇਡ ਪੰਜਾਬ ਬਿਜ਼ਨਸ ਸੈਂਟਰ ਜਿੱਥੇ ਆਪਣਾ ਸਟੂਡੀਓ ਹੈ ਇਸ ਦੇ ਅਪੋਜ਼ਿਟ ਸਾਈਡ ਤੇ ਬਿਲਡਿੰਗ ਹੈਗੀ ਹੈ 2985 ਡਰੂ ਰੋਡ 에어ਪੋਰਟ ਐਂਡ ਡਰੂ ਦੇ ਕੋਰਨਰ ਤੇ ਨੰਬਰ ਹੈ ਜੀ 905 405 1515 ਲੇਕਿਨ ਫੋਨ ਤੇ ਨਾ ਸਾਰੀ ਇਨਫੋਰਮੇਸ਼ਨ ਲੋ ਤੁਹਾਨੂੰ ਆਉਣਾ ਪੈਣਾ ਮੇਨ ਇਹ ਚੀਜ਼ ਹੈਗੀ ਜਦੋਂ ਵੀ ਤੁਸੀਂ ਆਓਗੇ ਆ ਮੇਰੇ ਨਾਲ ਐਨੀ ਟਾਈਮ ਤੁਸੀਂ ਗੱਲ ਕਰ ਸਕਦੇ ਹੋ 905 ਦਾ ਮਤਲਬ ਇਹ ਹੈ ਕਿ ਤੁਹਾਨੂੰ ਦੇਖ ਕੇ ਤੁਹਾਡਾ ਚਿਹਰਾ ਪੜ ਕੇ ਤੁਹਾਨੂੰ ਇਹ ਦੱਸ ਸਕਦੇ ਆ ਕਿ ਕੀ ਪ੍ਰੋਬਲਮ ਹੈ ਤੁਸੀਂ ਸਟ्रेस ਚੋਂ ਜੇ ਬਾਹਰ ਹੈਗੇ ਆ ਆਊਟ ਆਫ ਸਿਟੀ ਹੈਗੇ ਆ ਤੇ ਫਿਰ ਸਾਡੇ ਕੋਲੇ ਹੋਰ ਕਾਰਨ ਫਿਰ ਅਸੀਂ ਵਟਸਐਪ ਤੇ ਫੋਟੋ ਜਾਂ ਜੀਰ ਦੀ ਪਿਕਚਰ ਮੰਗਾ ਲੈਂਦੇ ਆ ਫਿਰ ਉਹਦੇ ਹਿਸਾਬ ਦੇ ਨਾਲ ਅਸੀਂ ਗੱਲ ਕਰ ਲੈਂਦੇ ਆ ਅੱਛਾ ਦੂਰ ਬਰੇ ਬੈਠਿਆਂ ਨੂੰ ਵੀ ਹਾਂਜੀ ਹਾਂਜੀ ਇੰਗਲੈਂਡ ਤੱਕ ਇੰਗਲੈਂਡ ਅਮਰੀਕਾ ਜਿੱਥੇ ਮਰਜ਼ੀ ਹੋਵੇ ਅਸੀਂ ਦਵਾਈ ਹਰ ਚੀਜ਼ ਦਾ ਇਲਾਜ ਹੈਗਾ ਐਸਡ ਇਹ ਨਾ ਸੋਚੋ ਕਿ ਸਾਡੇ ਕੋਲੇ ਬਿਮਾਰੀ ਇਸ ਦਾ ਇਲਾਜ ਹੈ ਨਹੀਂ ਹਰ ਚੀਜ਼ ਦਾ ਇਲਾਜ ਹੈ ਛੋਟੇ ਚੀਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਿਮਾਰੀ ਛੋਟੀ ਤੋਂ ਛੋਟੀ ਫਲੂ ਤੋਂ ਲੈ ਕੇ ਇਮਿਊਨਿਟੀ ਤੋਂ ਲੈ ਕੇ ਕੈਂਸਰ ਤੱਕ ਹਰ ਚੀਜ਼ ਦਾ ਅਸੀਂ ਸਾਡੇ ਕੋਲ ਸੋਲੂਸ਼ਨ ਹੈਗਾ ਸਿਰਫ ਇਹ ਹੈ ਕਿ ਤੁਹਾਨੂੰ ਇੱਕੋ ਕੰਮ ਕਰਨਾ ਪੈਣਾ ਸਿਰਫ ਸਿਹਤ ਸਿਹਤ ਵਾਸਤੇ ਤੁਹਾਨੂੰ ਪਰਹੇਜ਼ ਜਿਹੜਾ ਅਸੀਂ ਦੱਸਾਂਗੇ ਉਹ ਕਰ ਲਓ ਤੇ 100% ਗਾਰੰਟੀ ਹੈ ਤੁਸੀਂ ਠੀਕ ਹੋਵੋਗੇ ਬਿਲਕੁਲ ਜੀ ਔਰ ਜਿੱਥੇ ਵੀ ਸੋਸ਼ਲ ਮੀਡੀਆ ਦੇ ਉਤੇ ਇਨਸਾਨ ਇਹਨਾਂ ਦੀ ਗੱਲਬਾਤ ਨੂੰ ਸੁਣਿਆ ਵਤਨੋਂ ਦੂਰ ਨੂੰ ਦੇਖਿਆ ਜੇ ਉੱਤੇ ਇਹਨਾਂ ਦਾ ਨੰਬਰ ਲਿਖ ਕੇ ਆ ਰਿਹਾ ਤੁਸੀਂ ਉਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਜਾਂ ਵਤਨੋਂ ਦੂਰ ਟੈਲੀਵਿਜ਼ਨ ਦੇਖ ਰਹੇ ਹੋ ਤੇ ਸਕਰੀਨ ਦੇ ਉੱਤੇ ਨੰਬਰ ਹੈ ਬਾਲ ਜੀ ਬਹੁਤ ਬਹੁਤ ਧੰਨਵਾਦ ਔਰ ਸਾਰੇ ਜਾਣੇ ਤੰਦਰੁਸਤ ਰਹਿਣ ਤਾਂ ਕਿ ਇੱਕ ਦੂਜੇ ਦੇ ਨਾਲ ਆਪਾਂ ਐਕਟਿਵ ਹੋ ਕੇ ਹੋਰ ਕੰਮ ਕਰੀਏ ਆਪਣੀ ਕੌਮ ਲਈ ਆਪਣੇ ਦੇਸ਼ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਆਪ ਲਈ ਆਪਣੇ ਆਪ ਲਈ ਕੀ ਕਰਨਾ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਬਾਕੀ ਆਪੇ ਸਾਰਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ